ਅਸਾਂ ਇੱਕ ਅਧਿਆਪਕ ਦੇ ਨਾਲ ਕਿ ਸਕੂਲ ਦੇ ਵਿੱਚ ਅਧਿਆਪਕ ਕਿੰਨੇ ਆ ਕਹਿੰਦੇ ਕਿ 5 ਅਧਿਆਪਕਾਂ ਨੂੰ ਮੈਂ 5 ਕਲਾਸਾਂ ਨੂੰ ਮੈਂ ਇਕੱਲਾ ਸੰਭਾਲਦਾ ਹੈ ਤੇ ਕਹਿੰਦੇ ਕਿ ਮੈਂ ਪਿਸ਼ਾਬ ਕਰਨ ਵੀ ਨਹੀਂ ਜਾ ਸਕਦਾ ਇੰਨੇ ਘੱਟ ਅਧਿਆਪਕ ਹੈ ਸਾਡੇ ਸਕੂਲਾਂ ਦੇ ਵਿੱਚ ਔਰ ਭਵਿੱਖ ਕਿਸ ਦਾ ਖਰਾਬ ਹੋ ਰਿਹਾ ਹੈ ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਤੇ ਅਸੀਂ ਮਿੰਤਾ ਕਰਲੇ ਕਿਹਦੀਆਂ ਕਰ ਰਹੇ ਹਾਂ ਇੱਥੋਂ ਦੇ ਘਟੀਆ ਤੇ ਨੀਚ ਸਿੱਖਿਆ ਮੰਤਰੀ ਦੀਆਂ ਉਹ ਨੀਚ ਸਿੱਖਿਆ ਮੰਤਰੀ ਜਿਸ ਦੇ ਬਾਰੇ 5 ਸਾਲ ਪਹਿਲਾਂ ਪਤਾ ਲੱਗ ਗਿਆ ਸੀ ਐਸੇ ਘਰ ਦੇ ਅੱਗੇ ਉਹਦੇ ਆ ਪ੍ਰਗਟ ਸਿਆ ਤੇਰੇ ਘਰ ਦੇ ਅੱਗੇ ਫਿਰ ਅੱਜ ਬੜਕਾ ਮਾਰਨ ਆਏ ਆ ਤੈਨੂੰ ਦੱਸਣ ਲੱਗੇ ਆ ਕਿ ਭੱਜਣਾ ਜਿੱਥੋਂ ਤੱਕ ਭੱਜਣਾ 5 ਸਾਲ ਪਹਿਲਾਂ ਤੂੰ ਭੱਜਿਆ ਸੀ ਬੱਚਿਆਂ ਨੂੰ ਛੱਡ ਕੇ ਉਹ ਮਾਸੂਮ ਬੱਚੇ ਜਿਹੜੇ ਪ੍ਰਾਈਵੇਟ ਸਕੂਲ ਮਾਫੀਆ ਤੋਂ ਲੁੱਟੇ ਜਾ ਰਹੇ ਸਨ ਉਹ ਕਹਿਣ ਆਏ ਸੀ ਕਿ ਪ੍ਰਗਟ ਸਿਆ ਤੂੰ MLA ਆ ਵਿਧਾਇਕ ਹੈ ਸਾਡੇ ਹਲਕੇ ਦਾ ਬੱਚਾ ਸਾਨੂੰ ਇਹਨਾਂ ਪ੍ਰਾਈਵੇਟ ਸਕੂਲ ਮਾਫੀਆ ਤੋਂ ਤੁਹਾਨੂੰ ਮੈਂ ਤਸਵੀਰ ਪੇਸ਼ ਕਰਨ ਲੱਗਿਆ ਕਿ ਜਲੰਧਰ ਦੀ ਵਿਦਿਆਰਥਣ ਹੈ ਨੋਬਲ ਉਦੋਂ 9ਵੀਂ ਕਲਾਸ ਵਿੱਚ ਪੜ੍ਹਦੀ ਸੀ ਉਹਨੇ ਕਿਹਦੇ ਨਾਲ ਅੱਡਾ ਲਾਇਆ ਇੱਥੋਂ ਦੇ ਸਕੂਲ ਮਾਫੀਆ ਦੇ ਨਾਲ ਜਲੰਧਰ ਦੇ ਸਭ ਤੋਂ ਵੱਡਾ ਸਕੂਲ ਮਾਫੀਆ ਜਿਹਦੇ ਪੈਰਾਂ ਵਿੱਚ ਮੁੱਖ ਮੰਤਰੀ ਰੁਲਦਾ ਜਿਹਦੇ ਪੈਰਾਂ ਦੇ ਵਿੱਚ ਸਿੱਖਿਆ ਮੰਤਰੀ ਰੁਲਦਾ ਸੀ ਜਿਹਦੇ ਪੈਰਾਂ ਦੇ ਵਿੱਚ ਇੱਥੋਂ ਦਾ ਸਾਰਾ ਪ੍ਰਸ਼ਾਸਨ ਰੁਲਦਾ ਸੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਪ੍ਰਾਈਵੇਟ ਸਕੂਲ ਮਾਫੀਆ ਦੇ ਵਿਰੁੱਧ ਇੱਕ ਸ਼ਬਦ ਬੋਲ ਜਾਵੇ ਉਹ ਬੱਚੀ 14 ਸਾਲਾਂ ਦੀ 80 ਦਿਨ ਜਲੰਧਰ DC ਦਫ਼ਤਰ ਦੇ ਅੱਗੇ ਧਰਨਾ ਲਾ ਕੇ ਬੈਠੀ ਰਹੀ ਤੇ ਚਾਰੇ ਵਿਧਾਇਕਾਂ ਦੇ ਘਰ ਅੱਗੇ ਧਰਨਾ ਲਾਉਣਾ ਸੀ ਪਹਿਲਾ ਧਰਨਾ ਉਹਨੇ ਕਿਹਦੇ ਘਰ ਅੱਗੇ ਲਾਇਆ ਆਪਣੇ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਦੇ ਘਰ ਅੱਗੇ ਕਿ ਪ੍ਰਗਟ ਸਿੰਘ ਮੈਂ ਤੇਰੇ ਘਰ ਅੱਗੇ ਧਰਨਾ ਲਾਉਣ ਆ ਰਹੀ ਹਾਂ ਤੂੰ ਵਿਧਾਇਕ ਹੈ ਤੂੰ ਇੱਥੋਂ ਦੇ ਬੱਚਿਆਂ ਨੂੰ ਬਚਾ ਪ੍ਰਾਈਵੇਟ ਸਕੂਲ ਮਾਫੀਆ ਤੋਂ ਤਾਂ ਇੱਥੋਂ ਦਾ ਪ੍ਰਗਟ ਸਿੰਘ ਜਿਹੜਾ ਉਦੋਂ ਅਕਾਲੀਆਂ ਦੇ ਵਿੱਚੋਂ ਨਿਕਲਿਆ ਸੀਗਾ ਅਕਾਲੀਆਂ ਨੇ ਲੱਤ ਮਾਰ ਕੇ ਕੱਢਿਆ ਸੀ ਇੱਧਰ ਜੋਗਾ ਸੀ ਨਾ ਉੱਧਰ ਜੋਗਾ ਸੀ ਤਾਂ ਉਹਦੇ ਧਰਨੇ ਦੇ ਬਰਾਬਰ ਆ ਕੇ ਬੈਠ ਗਿਆ ਤੂੰ ਹਮਦਰਦੀ ਦਿਖਾਉਂਦਾ ਕਿ ਮੈਂ ਤੇਰੇ ਨਾਲ ਧਰਨੇ ਤੇ ਬੈਠਾ ਵੱਡੀਆਂ ਵੱਡੀਆਂ ਖਬਰਾਂ ਲਵਾ ਲਈਆਂ ਜਦੋਂ ਕਾਂਗਰਸ ਵਿੱਚ ਸ਼ਾਮਲ ਹੋ ਕੇ MLA ਬਣਿਆ ਤਾਂ 14 ਸਾਲਾਂ ਦੀ ਬੱਚੀ ਨੇ ਪ੍ਰਗਟ ਸਿੰਘ ਨੂੰ ਫੋਨ ਕੀਤਾ ਕਿ ਹੁਣ ਪਹਿਲੀ ਵਿਧਾਨ ਸਭਾ ਹੈ ਕਿ ਪ੍ਰਗਟ ਸਿੰਘ ਜੇ ਤੇਰੇ ਵਿੱਚ ਹਿੰਮਤ ਹੈ ਜੇ ਤੂੰ ਬੱਚਿਆਂ ਦਾ ਸੱਚਮੁੱਚ ਹਮਦਰਦ ਹੈ ਤਾਂ ਆਵਾਜ਼ ਉਠਾ ਪਾਰਲੀਮੈਂਟ ਵਿੱਚ ਵਿਧਾਨ ਸਭਾ ਦੇ ਵਿੱਚ ਤਾਂ ਪ੍ਰਗਟ ਸਿੰਘ ਨੇ ਬਹਾਨਾ ਲਾ ਦਿੱਤਾ ਉਹ ਬੱਚੀ ਕਹਿੰਦੀ ਹੈ ਕੋਈ ਗੱਲ ਨਹੀਂ ਅਗਲੀ ਵਿਧਾਨ ਸਭਾ ਤੇ ਸਹੀ ਅਗਲੀ ਵਿਧਾਨ ਸਭਾ ਆ ਗਈ ਫਿਰ ਪ੍ਰਗਟ ਸਿੰਘ ਦੇ ਘਰ ਅੱਗੇ ਉਹ ਧਰਨਾ ਲਾ ਕੇ ਗਈ ਪਰ ਪ੍ਰਗਟ ਸਿੰਘ ਵਿਧਾਨ ਸਭਾ ਦੇ ਵਿੱਚ ਸੀ ਇਹਦੀ ਹਿੰਮਤ ਨਹੀਂ ਪਈ ਕਿ ਪ੍ਰਾਈਵੇਟ ਸਕੂਲ ਮਾਫੀਆ ਦੇ ਵਿਰੁੱਧ ਬੋਲ ਜਾਵੇ ਤੀਜੀ ਵਾਰੀ ਵਿਧਾਨ ਸਭਾ ਦਾ ਸੈਸ਼ਨ ਆਇਆ 17 ਦੇ ਵਿੱਚ ਤੇ 250-300 ਬੰਦਾ ਆਇਆ ਹੋਇਆ ਸੀ ਇਹਨੂੰ ਮਿਲਣ ਵਾਸਤੇ ਉਹ ਨੋਬਲ ਆਈ 20-25 ਬੱਚਿਆਂ ਨੂੰ ਨਾਲ ਲੈ ਕੇ ਕਿੱਡੀ ਬੇਸ਼ਰਮ ਤੇ ਕਾਇਰ ਕਿੱਡਾ ਸ਼ਰਮ ਬੇਸ਼ਰਮ ਤੇ ਕਾਇਰ ਪ੍ਰਗਟ ਸਿੰਘ ਆ ਘਰ ਛੱਡ ਕੇ ਭੱਜ ਗਿਆ ਉਹ ਬੱਚਿਆਂ ਨੂੰ ਛੱਡ ਕੇ ਭੱਜ ਗਿਆ ਕਹਿੰਦਾ ਬੈਠੇ ਰਹੋ ਇਸ ਤਰ੍ਹਾਂ ਘਟੀਆਪਨ ਉਸ ਟਾਈਮ ਸਾਡੇ ਸਾਹਮਣੇ ਆਇਆ ਕਿ ਸਾਡੇ ਹਲਕੇ ਦਾ ਵਿਧਾਇਕ ਅੱਧ ਦਰਜੇ ਦਾ ਘਟੀਆ ਔਰ ਤੁਸੀਂ ਹੈਰਾਨ ਹੋਵੋਗੇ ਮੇਰੇ ਲੋਕੋ ਤੁਸੀਂ ਸੰਗਰੂਰ ਤੋਂ ਆਏ ਹੋ ਮਾਨਸਾ ਤੋਂ ਆਏ ਹੋ ਤੁਸੀਂ ਆਏ ਹੋ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਕਿ ਐਡਾ ਘਟੀਆ ਕਿ ਨਵਜੋਤ ਸਿੱਧੂ ਦੀ ਪੂਛ ਉੱਤੇ ਚੜ ਕੇ ਨਵਜੋਤ ਸਿੱਧੂ ਦੀ ਚਮਚਾਗਿਰੀ ਕਰਕੇ 4 ਹੱਡੀਆਂ ਮੂੰਹ ਵਿੱਚ ਪਾ ਲੀਆਂ ਐਡਾ ਲਾਲਚੀਆਂ 4 ਹੱਡੀਆਂ 4 ਅਹੁਦਿਆਂ ਦੇ ਉੱਤੇ ਬੈਠਾ ਤੇ ਇਹਦੀ ਹਾਲਤ ਵੀ ਉਸ ਲਾਲਚੀ ਕੁੱਤੇ ਵਾਲੀ ਹੋਈ ਹੈ ਕਿ ਅੱਜ ਲੋਕਾਂ ਦੇ ਵਿੱਚ ਇਹਦੀ ਇੱਜ਼ਤ ਨਹੀਂ ਹੈ ਕਦਰ ਨਹੀਂ ਹੈ ਤੇ ਇਹਨਾਂ ਦੇ ਅੱਗੇ ਜਦੋਂ ਅੱਜ ਅਧਿਆਪਕ ਸਾਹਿਬਾਨ ਆਪਣੀਆਂ ਮੰਗਾਂ ਲੈ ਕੇ ਆਏ ਆ ਤੇ ਫਿਰ ਖੁੱਡ ਦੇ ਵਿੱਚ ਵੜ ਕੇ ਬੈਠਾ ਕਿ ਪ੍ਰਗਟ ਸਿੰਘ ਕਹਿੰਦਾ ਕਿ ਮੇਰੇ ਕੋਲ ਆਓ ਚਲੇ ਜਾਣਗੇ ਅਧਿਆਪਕ ਪਰ ਇਹ ਹਾਲਤ ਮੈਂ ਦੇਖ ਰਿਹਾ ਗਿਆ ਤੰਬੂ ਲਾ ਕੇ ਬੈਠੇ ਆ ਉਧਰ ਕਾਲਜ ਵਾਲੇ ਬੈਠੇ ਆ ਪਰ ਪ੍ਰਗਟ ਸਿੰਘ ਦੀ ਹਿੰਮਤ ਨਹੀਂ ਹੈ ਤੇ ਉਹ ਪ੍ਰਾਈਵੇਟ ਸਕੂਲ ਮਾਫੀਆ ਤੋਂ ਬੱਚਿਆਂ ਨੂੰ ਬਚਾ ਕੇ ਸਰਕਾਰੀ ਸਕੂਲਾਂ ਨੂੰ ਖੂਬਸੂਰਤ ਬਣਾ ਸਕੇ ਜਿੱਦਾਂ ਦਾ ਸਿੱਖਿਆ ਮੰਤਰੀ ਬਣਿਆ ਕਿਸੇ ਵੀ ਸਕੂਲ ਵਿੱਚ ਇੱਕ ਇੱਟ ਤੱਕ ਨਹੀਂ ਲੱਗੀ ਸੋ ਮੈਂ ਅਧਿਆਪਕ ਸਾਹਿਬਾਨ ਜੀਓ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਤੁਸੀਂ ਬੱਚਿਆਂ ਦੇ ਲਈ ਪ੍ਰੇਰਣਾ ਸਰੋਤ ਹੋ ਤੁਸੀਂ ਬੱਚਿਆਂ ਨੂੰ ਸੰਘਰਸ਼ ਕਰਨਾ ਸਿਖਾਉਣਾ ਤੁਸੀਂ ਕੌਮ ਦੇ ਨਿਰਮਾਤਾ ਹੋ ਇਹਨਾਂ ਬੱਚਿਆਂ ਦੇ ਵਾਸਤੇ ਤੁਸੀਂ ਸਕੂਲਾਂ ਦੇ ਵਿੱਚ ਜਾਣਾ ਬੱਚਿਆਂ ਨੂੰ ਪੜ੍ਹਾਉਣਾ ਹਿੰਮਤ ਦੇ ਨਾਲ ਟੱਕਰ ਦੇ ਨਾਲ ਸੰਘਰਸ਼ ਦੇ ਨਾਲ ਮੈਦਾਨੇ ਜੰਗ 'ਚ ਡਟੇ ਰਹੋ ਜਲੰਧਰ ਤੁਹਾਡੇ ਨਾਲ ਹੈ ਮੈਂ ਪੂਰੇ ਪੰਜਾਬ ਦੇ
लोगों को बेनती करदा, मैं गदरी बाबियां दे वारसां नू बेनती करदा कि आओ अध्यापकां दे नाल, मैं अंबेडकर साहब दे वारसां नू बेनती करदा कि आओ अध्यापकां दे नाल, बच्चे इन्हां अध्यापकां नू उड़ीक रहे आ, बच्चे उड़ीक रहे इन्हां अध्यापकां नू, और कल्ले कल्ले पांच पांच क्लासा एक अध्यापक संभाल रहा है। यार किड्डी चिंता की गल है, किड्डी शर्म की गल है। साडे कोल अध्यापक है पर असीं उन्हां नू स्कूलां च नहीं भेज रहे। साडे कोल साडे बच्चे जिहड़े रोज चीक चीक के कहिंदे आ कि अज साडा अध्यापक नहीं आया, असीं अज खेडदे सी, अज असीं क्लास दे विच बैठे रहे, पढ़न नू तरसदे सां। मेरी बच्चियां दे नाल बहुत गहरी सांझ है। पर प्रगट सिंह वर्गे घटिया सिख्या मंत्री किनू वरतदे आ? ਉਹ ਸਾਡੀ ਪੁਲਿਸ ਨੂੰ ਵਰਤਦੇ ਆ, ਸਾਡੇ ਪੁਲਿਸ ਤੋਂ ਡਾਂਗਾ ਫੜਾਉਂਦੇ ਆ। ਉਹ ਮਾਨਸਾ ਵਾਲਾ DSP ਕਹਿੰਦਾ SSP ਬਣਨਾ, ਮੈਂ ਤੁਹਾਡੇ ਡਾਂਗਾ ਫੇਰ ਕੇ ਉਹਦਾ ਕੀ ਕੀਤਾ? ਕੁਛ ਨਹੀਂ ਕੀਤਾ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪੁਲਿਸ ਅਧਿਕਾਰੀਓ, ਇਸ ਤਰ੍ਹਾਂ ਨਾ ਕਰਿਆ ਕਰੋ ਤੁਸੀਂ। ਇਹ ਬੱਚੇ ਤੁਹਾਡੇ ਆ, ਬਾਕੀ ਤੁਹਾਡੀ ਮਰਜ਼ੀ ਆ ਕਿ ਲੋਕ ਤੁਹਾਡੀ ਇੱਜ਼ਤ ਨਹੀਂ ਕਰਨਗੇ। ਤੁਸੀਂ ਫੇਰ ਲਓ ਡਾਂਗ ਜਿੰਨੀ ਫੇਰਨੀ ਆ, ਚਲਾ ਲਓ ਬੰਦੂਕਾਂ, ਮਰਨ ਨੂੰ ਤਿਆਰ ਅਸੀਂ, जो करना कर लो, पर लोग तुहाडी इज्जत नहीं करनगे। असीं चाहुंदे आ तुहाडी पवित्र वर्दी की इज्जत होनी चाहिए है। असीं चाहुंदे आ कि असीं तुहानू सलूट करिए, पर जदों फेसबुक उत्ते पुलिस नूं गालां पैंदियां, साडा मन उदास हुंदा कि साडे लीडरां ने इन्हां नूं खरीद लिया। मैं सॉरी, मौसम करके मेरा गला भी अज्ज मैं बहुत देर बाद बोलिया, मैं माफ़ी चाहुंदा कि मैं अगे अपने जज्बात डुल पेंदे सांस तुहाडे नाल सांझे नहीं कर सकता। पर तुहानूं विश्वास दवाउणा कि जिन्ने टेंट च बैठे आ संघर्षी अध्यापकों जलंधर विच, मैं तुहाडे नाल हाँ। आ प्रगट सिंह की परवाह नहीं करनी। मैनूं पता कि दो चार पुलिस अधिकारियों नूं वरत लूगा, झूठे परचे पवा दूगा, इस तों वादे की कोई औकात नहीं है। और इस दे लई असीं संघर्ष करन लई तैयार हाँ। मेरी बेटी तुहाडे नाल संघर्ष करन लई हमेशा तैयार रही है। अज उन्हें 12वीं पास की है, अज अगे स्टडी कर रही है, वह हमेशा थोड़े नाल रही है, वह अगे भी आएगी, वह भी नहीं डरती किसी तो। सो मैं थोड़ा बहुत बहुत धन्यवाद करता कि तुम पंचंदर की धरती संघर्षा वाली धरती बनाया, तुम वधिया बनाया, थोड़ा बहुत बहुत धन्यवाद। थैंक यू। चीर दिंदे आ पहाड़ हुंदा जिन्हां नूं जनून, चीर दिंदे आ पहाड़ हुंदा जिन्हां नूं जनून, रह के मंजिलां तो दूर किथे मिलदा सुकून। तुसी हौसले बना के बंब रखियो, असी जित्तांगे जरूर। जारी साथियो, बहुत ही सोहने विचार 9वीं क्लास दे विच पढ़दी जदों साडी इक छोटी भैण इहो जी वड्डी लड़ाई जिहड़ी है ओह एडे वड्डे माफिया दे नाल जेकर ओह लड़ सकदी है, तां आपां तां फिर भी सारे ग्रैजुएट पोस्ट ग्रैजुएट डिग्री होल्डर होके टैट पास करके बहुत ज्यादा जिहड़ा है ओह आपां अपने नाल जिहड़ा नॉलेज दा भंडार लई बैठे हाँ, पर गल है कि उसनूं असीं वरतना कित्थे है, इह सानूं देखना पऊगा, इह सानूं इत्थों पुछना पऊगा कि ओह जिहड़ा इस ज्ञान दी जिहड़ी है ਉਹ ਵਰਤੋਂ ਜਿਹੜੀ ਹੈ ਅਸੀਂ ਲੋਕ ਹਿੱਤ ਲਈ ਕਰਨੀ ਹੈ ਜਾਂ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਚਮਚੇ ਹੈਗੇ ਆ ਜਿਹੜੇ ਆਉਂਦੇ ਹੈਗੇ ਆ ਸਾਡੇ ਕੋਲ, ਅਸੀਂ ਉਹਨਾਂ ਨੂੰ ਫਤਵਾ ਦੇਣਾ ਹੈਗਾ। ਤਾਂ ਜਿਸ ਤਰ੍ਹਾਂ ਅੰਕਲ ਜੀ ਬੋਲ ਰਹੇ ਹੈਗੇ ਸੀਗੇ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ। ਜਦੋਂ ਬੰਦਾ ਇੱਥੋਂ ਜੁੜਿਆ ਹੁੰਦਾ ਹੈਗਾ ਨਾ ਲੋਕ ਅਧਿਕਾਰਾਂ ਦੇ ਪ੍ਰਤੀ ਜਾਂ ਲੋਕਾਂ ਦੇ ਨਾਲ ਜਾਂ ਲੋਕਾਂ ਦੀ ਆਵਾਜ਼ ਦੇ ਨਾਲ ਜਾਂ ਲੋਕਾਂ ਦੇ ਦਰਦ ਦੇ ਨਾਲ, ਫਿਰ ਬੰਦਾ ਜੇ ਅਗਲਾ ਨਾਂ ਵੀ ਬੋਲੇ ਨਾ ਬੰਦਾ ਸਮਝ ਜਾਂਦਾ ਕਿ ਉਹਦੇ ਜਿਹੜਾ ਸੀਨੇ ਦੇ ਵਿੱਚ ਕੀ ਦਰਦ ਚੱਲ ਰਿਹਾ ਹੈਗਾ। ਅੱਜ ਜਿਹੜਾ ਦਰਦ ਇਸ ਅੰਕਲ ਦੇ ਸੀਨੇ ਦੇ ਵਿੱਚ ਚੱਲ ਰਿਹਾ ਹੈਗਾ, ਉਹ ਚਾਹੇ ਤੁਹਾਡੀ ਬੇਰੁਜ਼ਗਾਰੀ ਨੂੰ ਲੈ ਕੇ ਚੱਲ ਰਿਹਾ ਹੋਵੇ, ਉਹ ਡੁੱਲ ਡੁੱਲ ਜਿਹੜਾ ਹੈਗਾ ਉਹ ਬਾਹਰ ਆ ਰਿਹਾ ਸੀਗਾ ਮੇਰੇ ਦੋਸਤੋ। ਔਰ ਸਾਢੇ ਪੰਜ ਸਾਲ ਸਾਢੇ ਚਾਰ ਸਾਲ ਜਿਹੜਾ ਪਹਿਲਾਂ ਜਿਹੜਾ ਵਾਅਦੇ ਕਰਕੇ ਆਇਆ ਸੀਗਾ ਕਿ ਘਰ ਘਰ ਨੌਕਰੀ ਦੇਊਂਗਾ, ਤਾਂ ਇੱਕ ਬਣਿਆ ਬਣਾਇਆ ਜਿਹੜਾ ਪੂਰਾ ਪ੍ਰੀ ਪਲਾਨ ਜਿਹੜਾ ਹੈਗਾ ਉਹ ਕੀ ਕਹਿੰਦਾ ਹੈਗਾ ਕਿ ਉਸਦਾ ਚਿਹਰਾ ਜਿਹੜਾ ਇੱਕ ਵਾਰੀ ਸਾਈਡ ਤੇ ਕਰੋ ਤੇ ਇੱਕ ਨਵਾਂ ਜਿਹੜਾ ਹੈਗਾ ਨੁਟੰਕੀ ਬਾਜ਼ ਐਲਾਨ ਬਾਜ਼ ਜਿਹੜਾ ਹੈਗਾ ਉਹ ਪੇਸ਼ ਕਰ ਦਿਓ। ਉਹ ਕੀ ਆ ਕੇ ਬੋਲੂਗਾ, ਘਰ ਘਰ ਚੱਲੀ ਗੱਲ ਤੇ ਚੰਨੀ ਕਰਦਾ ਮਸਲੇ ਹੱਲ, ਪਰ ਨਹੀਂ ਇਹ ਜਿਹੜੀ ਹੈ ਉਹਦੀ
जिहड़ा इन्हां ने एक पूरा एक जिहड़ी स्क्रिप्ट जिहड़ी इन्हां ने लिखी हुई अपने मूहरे पेश करनी सीगी उस समय तो पहला जिहड़ी है वह की है लोगों के मूहरे आ गई। इन्हां ने जिन्हें भी वादे किए गए है तो इन्हां दे सारे वादे जिहड़े है वह ऐलान ही साबित हुए है। एक भी वादा जिहड़ा इन्हां दा वह जिहड़ा ट्रैक ते नहीं आया गा। तो दोस्तों पुछांगे इन्हां नूं जिहड़े आ बैरीकेड लाए गए है, मैं कहना तुसी जे जमीरां वाले हो ना जेकर तुहाडियां रगां दे विच भगत सिंह ऊधम सिंह दा खून दौड़दा गा तां तुसी चार चार जने भी जिहड़ा अपने पिंड दीआं बरूहां ते एवें बैरीकेड लायो जे एवें जिवें आ बैरीकेड लगे हुए है। इस तरीके नाल बैरीकेड लगे होण ते जदों इन्हां दे MLA और इन्हां दे जदों कांग्रेसी चमचे होण तां पहला सवाल होवे घर घर नौकरी, ओहदे विच सीधा सवाल घर घर नौकरी दी कांग्रेसी तुहाडी औकात नहीं हैगी सीगी। इक्को सवाल दा जवाब दे दो जिन्हां ने टैस्ट पास करे हैगे सीगे, जिन्हां ने तीन तीन टैस्ट पास करे सीगे, दो दो स्क्रीनिंग टैस्ट पास करे सीगे, ओए ओ लानतीओ तुसीं देतीआं उहनां नूं नौकरियां कि नहीं देतीआं। इक्को सवाल इन्हां नूं इही कर लिया जे आ नहीं विकदा इन्हां नूं मनीष 145 दिन हो गए। ਉਹ ਮੇਰਾ ਦੋਸਤ ਹੈ, ਮੈਂ ਪਰਸੋਂ ਰਾਤ ਵੀ ਜਿਹੜਾ ਘਰੇ ਰੋਇਆ ਉਸਦੇ ਹਾਲਾਤ ਵੇਖ ਕੇ, ਪਰ ਇਸ ਅਹੰਕਾਰੀ ਜਿਹੜਾ ਗਾ ਨੁਟੰਕੀਬਾਜ ਜਿਹੜਾ ਇਹ ਸ਼ੋਸ਼ੇ ਆ ਕੇ ਸੋਸ਼ਲ ਮੀਡੀਆ ਤੇ ਕਰਦਾ ਗਾ, ਇਹਨੇ ਉਹ ਪ੍ਰੋਗਰਾਮ ਕਰਿਆ ਗਾ ਸੀਗਾ ਦੂਸਰਾ ਪੰਜਾਬੀ ਸੈਮੀਨਾਰ ਪੰਜਾਬੀ ਮਾਂ ਬੋਲੀ ਸੰਬੰਧੀ ਸੈਮੀਨਾਰ ਕਰਿਆ ਸੀਗਾ ਇਸ ਨਿਕੰਮੇ ਮੁੱਖ ਸਿੱਖਿਆ ਮੰਤਰੀ ਨੇ, ਲੇਕਿਨ ਉੱਥੇ ਉਹ ਗਏ ਸੀਗੇ ਕਿ ਸਾਡੀਆਂ ਪੰਜਾਬੀ ਦੀਆਂ ਪੋਸਟਾਂ ਜਾਰੀ ਕਰ ਦਿਓ ਮੈਂ ਥੱਲੇ ਆ ਜਾਊਂਗਾ। ਅੱਜ 143 ਦਿਨ ਹੋ ਗਏ, ਇੱਥੇ ਇੱਕ ਅਫਸੋਸ ਹੋਰ ਹੁੰਦਾ ਹੈਗਾ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਦਿੱਲੀ ਤੋਂ ਆਈਆਂ ਸੀਗੀਆਂ, ਕਾਸ਼ ਉਹ ਪਹਿਲਾਂ ਤਾਂ ਜਿਹੜੇ ਉਰੇ ਬੈਠੇ ਇੱਕ ਜਲੰਧਰ ਟੈਂਕੀ ਦੇ ਉੱਪਰ ਉਹਨਾਂ ਦੀ ਸਾਰ ਲੈਂਦੇ, ਖਰੜ ਟੈਂਕੀ ਤੇ ਅਮਨ ਤੇ ਪਰਮ ਬੈਠੇ ਸੀਗੇ ਔਰ ਮੋਹਾਲੀ ਟੈਂਕੀ ਤੇ ਸਾਡੀ ਇੱਕ ਭੈਣ PTI ਜਿਹੜੀ ਹੈ ਕਿੰਨੇ ਸਮੇਂ ਤੋਂ ਬੈਠੀ ਹੈਗੀ ਹੈ, ਉਹਨਾਂ ਦੀ ਆ ਕੇ ਪਹਿਲਾਂ ਇਹਨਾਂ ਨੂੰ ਸਾਰ ਲੈਣੀ ਚਾਹੀਦੀ ਸੀਗੀ ਕਿਉਂਕਿ ਜਿਹੜੀ ਹੈ ਇਸ ਸਮੇਂ ਬੇਰੁਜ਼ਗਾਰੀ ਜਿਹੜੀ ਹੈ ਉਹ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਣੀ ਹੋਈ ਹੈ ਔਰ ਇਹਨਾਂ ਬੇਰੁਜ਼ਗਾਰਾਂ ਦੀ ਆਵਾਜ਼ ਜਿਹੜੀ ਹੈ ਸਾਡੇ ਬਾਬਿਆਂ ਨੇ ਬੰਨਣਾ ਸੀਗਾ, ਲੇਕਿਨ ਚਲੋ ਉਹਨਾਂ ਦਾ ਜਿਹੜਾ ਸੈਂਟਰ ਦੇ ਨਾਲ ਜਿਹੜਾ ਸਿਸਟਮ ਚੱਲ ਰਿਹਾ ਹੈਗਾ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਬਿਜੀ ਚੱਲ ਰਹੇ ਹੈ, ਲੇਕਿਨ ਇਹ ਇੱਕ ਲੋਕ ਲਹਿਰ ਜਿਹੜੀ ਹੈ ਉਹ ਆਪਾਂ ਨੂੰ ਪੈਦਾ ਕਰਨੀ ਪਊਗੀ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ, ਇਸ ਕਾਰਪੋਰੇਟ ਸਿਸਟਮ ਦੇ ਖਿਲਾਫ। ਆਹ ਦੇਖੋ ਇੱਕ DSP ਜਿਹੜਾ ਬੁੱਚੜ ਜਿਹਨੇ ਸਾਡੇ ਭੈਣਾਂ ਪਾਈਆਂ ਦੇ ਐਵੇਂ ਵੱਖੀਆਂ ਮਾਰੀਆਂ ਸੀ ਨਾ, ਆਹ ਇੱਕ ਇਹਨਾਂ ਦੇ ਵਿੱਚ ਵੀ ਉਰੇ ਵੀ ਹੈਗਾ ਸੀਗਾ, ਆਹ ਇਹਨਾਂ ਦੇ ਵਿੱਚ ਸੀਗਾ, ਆਹ ਮੇਰੀ ਵੱਖੀ ਦੇ ਵਿੱਚ ਉਹਨੇ 3 ਤੋਂ 4 ਵਾਰੀ ਆਈ ਹੈ ਕਰਕੇ ਤੁਸੀਂ ਮਾਰ ਲਓ ਯਾਰ ਕੋਈ ਗੱਲ ਨਹੀਂ, ਲੱਤਾਂ ਹੈਗੀਆਂ ਤੁਸੀਂ ਲਾਠੀਆਂ ਮਾਰ ਲਈਆਂ ਸਾਨੂੰ ਕੋਈ ਪਰਵਾਹ ਨਹੀਂ, ਆਹ ਬਾਂਹ ਤੇ 4 ਮਾਰ ਲਈਆਂ ਉਂਗਲਾਂ ਤੇ ਡੋਡਿਆਂ ਤੇ ਮਾਰ ਲਈਆਂ, ਲੇਕਿਨ ਇਹ ਜਿਹੜੇ ਮਤਲਬ ਕਿ ਜਿਹਦੇ ਨਿਸ਼ਾਨ ਨਾ ਬਣਨ ਇੱਕ ਜਣਾ ਇਹਨਾਂ ਦਾ ਐਵੇਂ ਐਵੇਂ ਕਰਕੇ ਮਾਰ ਰਿਹਾ ਗਿਆ ਸੀਗਾ। ਓਏ ਭਲਿਆ ਲੋਕਾ ਹੱਥ ਨੇ ਜਾ ਕੇ ਜੇ ਤੂੰ ਰੋਟੀ ਖਾਏਗਾ ਮੂੰਹ ਦੇ ਵਿੱਚ ਬੁਰਕੀ ਪਾਏਗਾ ਤੈਨੂੰ ਸ਼ਰਮ ਨਾ ਆਊਗੀ ਵੀ ਅੱਜ ਮੈਂ ਨਿਹੱਤੇ ਬੇਰੁਜ਼ਗਾਰ ਔਰ ਉਸ ਤੋਂ ਬਾਅਦ ਤੁਹਾਡੇ ਹੀ ਭੈਣਾਂ ਭਾਈਆਂ ਦੀ ਤੁਹਾਡੇ ਹੀ ਜਵਾਕਾਂ ਦੀ ਜਿਹੜੇ ਲੜਾਈ ਲੜ ਰਹੇ ਸੀਗੇ ਤੂੰ ਉਹਨਾਂ ਨੂੰ ਜਿਹੜੇ ਜ਼ਾਲਮਾਨਾ ਤਰੀਕੇ ਦੇ ਨਾਲ ਕੁੱਟ ਰਿਹਾ ਸੀਗਾ ਤਾਂ ਤੇਰੇ ਸਾਹਮਣੇ ਉਹ ਤੇਰੇ ਸਾਹਮਣੇ ਸੀਨ ਨਹੀਂ ਆਉਂਦਾ ਹੈਗਾ, ਤੁਸੀਂ ਕੁੱਟਣਾ ਕੁੱਟੋ ਪਰਚੇ ਪਾਣੇ ਬੇਸ਼ੱਕ ਪਾਓ ਜਿਹੜੇ ਮਰਜ਼ੀ ਪਰਚੇ ਪਾਣੇ ਹੈ 302 ਦਾ ਪਾ ਲਓ 307 ਦਾ ਪਾ ਲਓ ਹੋਰ ਜਿਹੜੇ ਪਰਚੇ ਪਾਣੇ ਤੁਸੀਂ ਪਾ ਲਓ ਜੇ ਸੁੱਟਣਾ ਸੁੱਟ ਲਓ, ਲੇਕਿਨ ਜਿਹੜੀਆਂ ਵਿੱਚ ਵਿੱਚ ਦੀ ਤੁਸੀਂ ਕੋਝੀਆਂ ਹਰਕਤਾਂ ਕਰਦੇ ਹੈਗੇ ਹੋ ਇਹ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ, ਤੁਸੀਂ ਜਿਹੜੀ ਇਹ ਵਰਦੀ ਪਾਈ ਹੈ ਇਹ ਸਮਾਜ ਦੀ ਪ੍ਰੋਟੈਕਸ਼ਨ ਦੇ ਲਈ ਹੈ, ਜਦੋਂ ਚੋਰਾਂ ਨੂੰ ਫੜਨਾ ਹੁੰਦਾ ਹੈਗਾ ਜਦੋਂ ਸਮਾਜ ਵਿਰੋਧੀ ਅਨਸਰਾਂ ਨੂੰ ਫੜਨਾ ਹੁੰਦਾ ਹੈਗਾ ਉਦੋਂ ਕੀ ਚੱਲ ਰਿਹਾ ਹੁੰਦਾ ਹੈਗਾ, ਉਦੋਂ ਸਾਡੀ ਬੋਲਤੀ ਬੰਦ ਹੋ ਜਾਂਦੀ ਹੈਗੀ ਹੈ, ਅਸੀਂ ਉਸ ਸਮੇਂ ਜਿਹੜਾ ਹੈਗਾ ਉਸ ਸਮੇਂ ਅਸੀਂ ਸਾਡੇ ਅਸੀਂ ਮਿਆਉਂ ਬਿੱਲੀ ਬਣ ਜਾਂਦੇ ਹੈਗੇ ਹਾਂ, ਉਦੋਂ ਸਾਡੀ ਜਿਹੜੀ ਸਾਡੀ ਵਰਦੀ ਦੀ ਪਾਵਰ ਜਿਹੜੀ ਸਾਨੂੰ ਮਿਲੀ ਹੋਈ ਹੈ ਉਦੋਂ ਸਾਡੇ ਕੋਲ ਉਸ ਵਰਦੀ ਦੀ ਪਾਵਰ ਉੱਥੇ ਨਹੀਂ ਵਰਤੀ ਜਾਂਦੀ ਹੈਗੀ। ਅੱਜ ਸਾਡੇ ਸਮਾਜ ਦੇ ਵਿੱਚ ਜਿਹੜਾ ਇਹ ਨਸ਼ਾ ਚੱਲ ਰਿਹਾ ਹੈ ਔਰ ਉਹ ਕਿਸ ਦੀ ਬਦੌਲਤ ਚੱਲ ਰਿਹਾ ਹੈਗਾ ਉਸ ਨੂੰ ਪਕੜਨਾ ਕਿਸ ਨੇ ਹੈਗਾ, ਤਾਂ ਇਹ ਤੁਹਾਨੂੰ ਵੀ ਦੱਸ ਰਹੇ ਹਾਂ ਕਿ ਇਹ ਜਿਹੜਾ ਦਰਦ ਜਿਹੜਾ